ਚਾਲ ਸਮਾਂ ਇਹਨਾਂ ਦਾ 4 ਮਿੰਟ ਉਸ ਤੋਂ ਗਾੜੀ ਗਰਮੇਸ਼ ਸਿੰਘ ਜੀ ਮੰਡੇ ਕੇ ਜਨਰਲ ਸਕੱਤਰ ਪੈਨਸ਼ਨ ਯੂਨੀਅਨ ਨੂੰ ਉਹ ਵੀ ਸਟੇਜ ਤੇ ਆਉਣ ਜੀ ਆਓ ਜੀ ਸਰ ਛੋਟੂ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਧਰਨੇ ਦੇ ਵਿੱਚ ਪਹੁੰਚੇ ਦੇਸ਼ ਦੇ ਕੋਨੇ ਕੋਨੇ ਤੋਂ ਭੈਣੋ ਭਰਾਵੋ ਬੱਚਿਓ ਬਜ਼ੁਰਗੋ ਤੁਹਾਡੇ ਸਿਰਾਂ 'ਤੇ ਸਿਰ ਝੁਕਦਾ ਹੈ ਕਿ ਤੁਸੀਂ ਲਗਾਤਾਰ 4 ਮਹੀਨਿਆਂ ਤੋਂ ਵੱਧ ਸਮੇਂ ਤੋਂ ਇਸ ਕਿਸਾਨੀ ਅੰਦੋਲਨ ਦੇ ਵਿੱਚ ਚਾਹੇ ਉਹ ਪੰਜਾਬ 'ਚ ਚੱਲਦਾ ਹੋਵੇ ਚਾਹੇ ਉਹ ਦਿੱਲੀ ਦੀਆਂ ਸੜਕਾਂ 'ਤੇ ਚੱਲਦਾ ਹੋਵੇ ਤੁਸੀਂ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਡਟੇ ਹੋਏ ਹੈ। ਮੋਦੀ ਸਰਕਾਰ ਇੱਥੋਂ ਦਾ ਗੋਦੀ ਮੀਡੀਆ ਇਸ ਸੰਘਰਸ਼ ਨੂੰ ਛੋਟਾ ਕਰਕੇ ਦੇਖਦਾ ਹੈ। ਇਹ ਸੰਘਰਸ਼ ਨੂੰ ਪੰਜਾਬ ਹਰਿਆਣੇ ਦਾ ਸੰਘਰਸ਼ ਦੱਸਦਾ ਹੈ। ਪਿਛਲੇ ਦਿਨਾਂ ਦੇ ਵਿੱਚ ਜਦੋਂ 12 ਤੋਂ 3 ਵਜੇ ਤੱਕ ਸੜਕਾਂ ਜਾਮ ਕੀਤੀਆਂ 21 ਸਟੇਟਾਂ ਦੇ ਵਿੱਚ ਲੋਕਾਂ ਨੇ ਕਿਸਾਨੀ ਸੰਘਰਸ਼ ਨੂੰ ਮੁੱਖ ਰੱਖ ਕੇ ਉਹ ਸੜਕਾਂ ਜਾਮ ਕੀਤੀਆਂ। ਅੱਜ ਇਹ ਕਿਸਾਨੀ ਸੰਘਰਸ਼ ਕਹਿ ਲਈਏ ਤਾਂ ਮੈਂ ਸਮਝਦਾ ਕਿ ਛੋਟਾ ਕਰਨ ਵਾਲੀ ਗੱਲ ਬਣਦੀ ਹੈ, ਕਿਉਂਕਿ ਕਿਸਾਨੀ ਸੰਘਰਸ਼ ਨਹੀਂ ਰਿਹਾ, ਇਹ ਆਮ ਲੋਕਾਂ ਦਾ, ਕਿਉਂਕਿ ਹਰ ਆਦਮੀ ਦੇ ਪੇਟ ਲੱਗਾ ਹੈ, ਪੇਟ ਲੱਗਾ ਹੈ, ਰੋਟੀ ਤੋਂ ਬਗੈਰ ਅਸੀਂ ਬਚ ਨਹੀਂ ਸਕਦੇ, ਰਹਿ ਨਹੀਂ ਸਕਦੇ, ਕੱਪੜੇ ਤੋਂ ਹੋਰ ਜ਼ਰੂਰੀ ਵਸਤਾਂ ਤੋਂ ਸਮਾਂ ਟਪਾਇਆ ਜਾ ਸਕਦਾ ਹੈ, ਪਰ ਰੋਟੀ ਤੋਂ ਬਗੈਰ ਜਿਉਂਦੇ ਨਹੀਂ ਰਿਹਾ ਜਾ ਸਕਦਾ। ਇਸ ਲਈ ਲੋਕਾਂ ਨੇ ਸਹੀ ਸਮਝ ਪਛਾਣ ਕੇ ਇਸ ਸੰਘਰਸ਼ ਨੂੰ ਹਿੰਦੁਸਤਾਨ ਦੇ ਵਿੱਚ ਅਪਣਾਇਆ ਹੋਇਆ। ਭਾਵੇਂ ਇਹਦੀ ਅਗਵਾਈ ਪੰਜਾਬ ਦੇ ਲੀਡਰਾਂ ਨੇ ਕੀਤੀ ਹੈ, ਮੁਬਾਰਕਬਾਦ ਦੇਣੀ ਚਾਹੁੰਦੇ ਹਾਂ ਉਹਨਾਂ ਲੀਡਰਾਂ ਨੂੰ ਵੀ ਜਿਹੜੇ ਹਿੰਦੁਸਤਾਨ ਦੇ ਬੜੇ ਉੱਚ ਕੋਟੀ ਦੇ ਵੱਡੀਆਂ ਵੱਡੀਆਂ ਤਨਖਾਹਾਂ ਲੈਣ ਵਾਲੇ ਇੱਥੋਂ ਦੇ IAS ਅਫਸਰ, ਇੱਥੋਂ ਦੇ ਜਿਹੜੇ ਲੀਡਰ ਸੀ ਜਿਨ੍ਹਾਂ ਨੂੰ ਲਾਜਵਾਬ ਕੀਤਾ, ਕਿਸੇ ਗੱਲ ਦਾ ਜਵਾਬ ਨਹੀਂ ਆਇਆ। ਮੋਦੀ ਸਾਹਿਬ ਨੂੰ ਸ਼ਾਇਦ ਇਸ ਗੱਲ ਦਾ ਭੁਲੇਖਾ ਹੈ ਕਿ ਜਿਹੜੀ ਤੂੰ ਕੌਮ ਦੇ ਨਾਲ ਪੰਗਾ ਪਾਇਆ, ਇਹਨਾਂ ਦਾ ਬੜਾ ਕੁਰਬਾਨੀਆਂ ਭਰਿਆ ਇਤਿਹਾਸ ਹੈ, ਤੁਸੀਂ ਸ਼ਾਇਦ ਇਸ ਗੱਲ ਤੋਂ ਅਣਭੋਲ ਹੋਵੋਗੇ। ਅਸੀਂ ਪੰਜਾਬੀ ਲੋਕ ਮਾਵਾਂ ਨੂੰ 3 ਤਰ੍ਹਾਂ ਦੀਆਂ ਮਾਵਾਂ ਸਮਝਦੇ ਹਾਂ। ਪਹਿਲੀ ਮਾਂ ਸਾਡੀ ਮਾਂ ਬੋਲੀ ਹੈ, ਦੂਸਰੀ ਸਾਡੀ ਧਰਤੀ ਮਾਂ, ਅਤੇ ਤੀਸਰੀ ਜੱਗ ਨੂੰ ਜਾਣਨ ਵਾਲੀ ਮਾਂ। ਅੱਜ ਤੁਸੀਂ ਸਾਡੀ ਉਸ ਮਾਂ ਵਾਲੀ ਅੱਖ ਕਰਕੇ ਝਾਕੇ ਹੈ। ਅਸੀਂ ਸਾਡਾ ਇਤਿਹਾਸ ਦੱਸਦਾ ਹੈ ਕਿ ਜਿਹਨੇ ਕਦੇ ਸਾਡੀ ਮਾਂ ਦੇ ਉੱਤੇ ਅੱਖ ਚੱਕੀ, ਅਸੀਂ ਅੱਖ ਕੱਢਣ ਜਾਣਦੇ ਹਾਂ, ਜਿਹਨੇ ਬਾਂਹ ਚੱਕੀ, ਅਸੀਂ ਬਾਂਹ ਵੱਢਣ ਜਾਣਦੇ ਹਾਂ। ਇਸ ਕਰਕੇ ਮੋਦੀ ਸਾਹਿਬ, ਤੁਹਾਨੂੰ ਭੁਲੇਖਾ ਇਸ ਗੱਲ ਦਾ। ਕੁਛ ਲੋਕ ਇਹ ਸਮਝਦੇ ਆ ਕਿ ਮੋਦੀ ਸਾਹਿਬ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਭਰਾਵੋ ਉਤਲੀ ਬੜਕ ਰੱਖਣ ਦੇ ਰੱਖੀ ਬੈਠਾ ਹੈ, ਹੈਂਕੜਬਾਜ਼ੀ ਛੱਡਣ ਨੂੰ ਤਿਆਰ ਨਹੀਂ। ਪਰ ਜੋ ਕਿਸਾਨ BJP ਦੇ ਅੰਦਰ ਪਿਆ ਹੋਇਆ ਹੈ, ਉਹ ਤੁਹਾਡਾ ਦਮ ਬੜਾ ਲੰਬਾ ਹੈ, ਤੁਸੀਂ ਲੰਬੀ ਲੜਾਈ ਲੜ ਸਕਦੇ ਹੈ, ਪਰ ਇਹਨਾਂ ਦਾ ਦਮ ਨਹੀਂ ਕਿ ਉਹ ਸਾਡੇ ਸੰਘਰਸ਼ਾਂ ਦੇ ਅੱਗੇ ਟਿਕ ਸਕਣ। ਅੱਜ ਸਾਰਾ ਦੇਸ਼, ਅੱਜ ਸਾਰੀ ਦੁਨੀਆ ਤੁਹਾਡੇ ਸੰਘਰਸ਼ ਦੇ ਪਿੱਛੇ ਖੜੀ ਹੈ। ਤੁਸੀਂ ਮਤ ਸੋਚੋ, ਅਸੀਂ ਪੰਜਾਬ ਦੀਆਂ
देश दियां टोटल मुलाजम जथेबंदियां टोटल पेंशनर जिहड़े साडे आम लोग तुहाडे संघर्ष दे पिछे है तुहानू कोई इस गल दी आउण वाले समें च फिक्रमंदी नहीं चाहीदी कि साडा पिछे झोना लगन वाला है साडी कणक वढ़न वाली है पिंडां दे गुरद्वारियां दे विच पिंडां दियां पंचायतां वल्लों मते पा के तुहाडा जिहड़ी जिहड़ी तुहाडे फिक्रमंदी है उहदी हमायत दे विच मते पास कीते जा रहे हैं। असीं वी अज चौथी वार इस स्टेज ते आपदी पंजाब रोडवे पंजाब गौरमेंट ट्रांसपोर्ट वर्कर यूनियन पंजाब पेंशन यूनियन वल्लों चौथी बार हाजरी लाउण आए हैं और विश्वास दवाउण आए हैं। कोई चौथी बार लास्ट बार नहीं, जिन्ना चिर तुहाडा संघर्ष चलूगा चाहे वह सिंघू बार्डर ते होवे चाहे देश दे कोने कोने ते होवे चाहे पंजाब दियां सड़कां ते होवे पंजाब दा मुलाजम पंजाब दा पेंशनर थोड़े हर संघर्ष दे विच जिथे भी वह बैठा है उत्थे आपदी हाजरी लवाओ। उस संघर्ष नूं तुहाडे संघर्ष नूं आपदा संघर्ष समझदे होए मैं स्टेज सख्ती साहब नाल इशारा हो गया मैं समय की कदर करदा होया मैं ये विश्वास दवाउणा कि तुहाडे संघर्ष नूं आपदे संघर्ष नाल लड़ांगे जितांगे वाह जितांगे। धन्यवाद मेहरबानी। बहुत बहुत धन्यवाद जी। बुलारियां नूं बेनती भी अपने समय दे विच रहण क्योंकि परचियां